कुड़िया मांज लगे नहीं भांडे तेने? हाँ जी मेरे बस हो ही गए सी। ऐ कर छेती मांज भांडे ते रोटी लिया दे, मशीन आने वाली आ, मैं जाना उधर। हाँ जी मेरे बस छेती आ जा। हाँ जी हाँ जी। लिया रोटी छेती, भज के आ जा, मशीन लग रही है उधर। हेलो वीरे। ਵੀਰੇ ਮੈਂ ਕੀ ਕਹਿ ਰਹੀ ਸੀ, ਘਰ ਦਾ ਸੌਦਾ ਖਤਮ ਹੋਇਆ ਪਿਆ। ਸੌਦਾ ਖਤਮ ਹੋ ਗਿਆ? ਤੂੰ ਵੀ ਨਾ ਕੁੜੀਏ ਟਾਈਮ 'ਤੇ ਦੱਸ ਦਿੰਦੀ ਆ, ਉੱਧਰ ਹੁਣ ਸੀ ਜਾਣਾ, ਉੱਧਰੋਂ ਤੂੰ ਕਹਿੰਦੀ ਸੌਦਾ ਮੁੱਕ ਗਿਆ। ਚੱਲ ਕੋਈ ਨਾ, ਮੈਂ ਲਿਆ ਦੂੰਗਾ। ਚੰਗਾ ਵੀਰੇ। ਨਾ ਮੇਰੀ ਗੱਲ ਸੁਣ, ਅੱਜ ਕਾਲਜ ਕਾਹਤੋਂ ਨਹੀਂ ਗਈ ਤੂੰ ਪੜ੍ਹਨ? ਵੀਰੇ ਅੱਜ ਤਾਂ ਐਤਵਾਰ ਹੈ। ਐਤਵਾਰ ਆ? ਹਾਂਜੀ। ਉਹ ਕਿਹੜਾ ਪਤਾ ਰੱਖਦਾ ਕੰਮਾਂ ਕਾਰਾਂ 'ਚ। ਚਲੋ ਤੁਸੀਂ ਰੋਟੀ ਖਾਓ, ਮੈਂ ਹੋਰ ਕੰਮ ਕਰ ਲੈਂਦੀ ਹਾਂ। ਚੱਲ ਠੀਕ ਆ। ਆ ਗੁੜੀਆ ਪਾਣੀ ਤਾਂ ਲਿਆ ਦੇ। ਹਾਂਜੀ ਵੀਰੇ ਲਿਆਈ। ਹਲੋ ਵੀਰੇ ਪਾਣੀ ਬਹਿਆ। ਹਾਂਜੀ। ਜੇ ਤੂੰ ਪੜ੍ਹੇਗੀ ਨਾ ਤੇਰੀ ਕੰਮ ਆਊਗਾ, ਸਾਨੂੰ ਤੇਰੇ ਤੋਂ ਕੁਛ ਨਹੀਂ ਚਾਹੀਦਾ, ਤੇਰੀ ਜੂਨ ਸੁਧਰੂਗੀ। ਵੀਰੇ ਇਹਨਾਂ ਨਾਲ ਸਮਝਾਇਆ ਕਰੋ, ਐਂ ਟੈਨਸ਼ਨ ਲੈਂਦੇ ਰਹਿੰਦੇ ਹੋ। ਚਲੋ ਮੈਂ ਕੰਮ ਕਰ ਲਾਂ ਘਰ ਦੇ। ਜੇ ਤੈਨੂੰ ਨਹੀਂ ਸਮਝਾਵਾਂਗੇ ਫਿਰ ਕਿਹਨੂੰ ਸਮਝਾਵਾਂਗੇ? ਲੇਟ ਕਿਉਂ ਹੋ ਗਈ ਤੂੰ? ਬਸ ਵੀਰੇ ਨੇ ਕੰਮ 'ਤੇ ਜਾਣਾ ਸੀ ਅਤੇ ਰੋਟੀ ਪਾਣੀ ਕਰਨਾ ਸੀ, ਤੁਹਾਨੂੰ ਪਤਾ ਤਾਂ ਹੈ ਮੈਂ ਇਕੱਲੀ ਹਾਂ ਘਰ 'ਚ। ਅੱਛਾ, ਮੇਰੀ ਗੱਲ ਸੁਣ ਤੂੰ। ਪਹਿਲਾਂ ਤੁਸੀਂ ਮੇਰੀ ਗੱਲ ਸੁਣੋ ਯਾਰ, ਕਲਾਸ ਕਲੂਸ ਵੀ ਲਗਾ ਲਿਆ ਕਰੋ, ਮੇਰੇ ਚੱਕਰਾਂ 'ਚ ਰੋਜ਼ ਇੱਥੇ ਆ ਜਾਂਦੇ ਹੋ। ਉਹ ਮੇਰਾ ਪੜ੍ਹਾਈ 'ਚ ਦਿਲ ਨਹੀਂ ਲੱਗਦਾ, ਮੈਂ ਕੀ ਕਰਾਂ, ਸਾਰਾ ਦਿਨ ਦਿਲ ਐਵੇਂ ਕਹੀ ਜਾਂਦਾ ਕਿ ਤੇਰੇ ਨਾਲ ਗੱਲਾਂ ਕਰੀ ਜਾ, ਬਸ ਤੇਰੇ ਨਾਲ ਗੱਲਾਂ ਕਰੀ ਜਾ। ਪਰ ਇੱਦਾਂ ਤਾਂ ਫਾਇਦਾ ਨਹੀਂ ਹੈਗਾ ਨਾ, ਜੇ ਪੜ੍ਹੋਗੇ ਲਿਖੋਗੇ ਤਾਂ ਹੀ ਤਾਂ ਕੁਛ ਬਣੋਗੇ। ਸਾਡਾ ਤਾਂ ਕੰਮ ਸਾਰਾ ਸੈੱਟ ਹੈ, ਮੈਂ ਕੀ ਕਰੂੰ ਪੜ੍ਹ ਕੇ। ਹਾਂ ਹਾਂ ਠੀਕ ਕਹਿੰਦੇ ਹੋ ਤੁਸੀਂ, ਪੜ੍ਹਨ ਦੀ ਲੋੜ ਤਾਂ ਸਾਨੂੰ ਗਰੀਬਾਂ ਨੂੰ ਹੈ, ਤੁਹਾਡਾ ਕੀ ਹੈ, ਤੁਸੀਂ ਤਾਂ ਪੈਸੇ ਦੇ ਕੇ ਨੌਕਰੀਆਂ ਲੱਗ ਜਾਂਦੇ ਹੋ। ਉਹ ਚੱਲ ਛੱਡ, ਤੂੰ ਮੈਨੂੰ ਐਵੇਂ ਦੱਸ ਖਾਣਾ ਕੀ ਆ ਹੁਣ? ਖਾਣਾ? ਗੰਨੇ ਦਾ ਜੂਸ ਪੀਤੇ ਨੂੰ ਬਹੁਤ ਟਾਈਮ ਹੋ ਗਿਆ, ਗੰਨੇ ਦਾ ਜੂਸ ਪੀਏ ਫਿਰ ਆਪਣੇ ਆਪਣੇ ਘਰ ਚੱਲ ਜਾਵਾਂਗੇ। ਚੱਲ ਪੀ ਲੈਂਦਾ ਆਇਆ। ਉਹ ਦੀਪ ਦੁਖੀ ਕਿਉਂ ਹੈ, ਕੀ ਗੱਲ ਹੋ ਗਈ? ਬਾਈ ਯਾਰ ਕਣਕ ਦੇ ਸਾਰੇ ਪੱਤੇ ਪੀਲੇ ਹੋ ਗਏ, ਮੈਨੂੰ ਫਿਕਰ ਲੱਗੀ ਪਈ ਆ ਯਾਰ, ਮੇਰੀ ਸਾਰੀ ਕਣਕ ਖਰਾਬ ਹੋ ਜਾਏਗੀ। ਉਹ ਤੂੰ ਫਿਕਰ ਕਿਉਂ ਕਰਦਾ, ਭਾਰਤ ਐਗਰੀ ਐਪ ਡਾਊਨਲੋਡ ਕਰ ਲੈ। ਅੱਛਾ ਬਾਈ ਆਹ ਕਿਹੜਾ ਐਪ ਆ? ਓਏ ਆਹ ਐਪਲੀਕੇਸ਼ਨ 'ਚ ਪੂਰੀ ਜਾਣਕਾਰੀ ਦਿੱਤੀ ਜਾਂਦੀ ਆ ਕਿ ਕਿਹੜੀ ਫਸਲ 'ਚ ਕਿਹੜੀ ਦਵਾਈ ਪਾਉਣੀ ਆ ਤੇ ਕਿਹੜੀ ਖਾਦ ਪਾਉਣੀ ਆ, ਜੇਕਰ ਫਸਲ 'ਚ ਕੀੜੇ ਲੱਗੇ ਹੋਣ ਤਾਂ ਆਪਾਂ ਕਿਹੜੀ ਦਵਾਈ ਪਾਉਣੀ ਹੈ ਤੇ ਕਿੰਨੀ ਪਾਉਣੀ ਹੈ, ਇਹ 'ਚ ਪੂਰੀ ਜਾਣਕਾਰੀ ਦਿੱਤੀ ਗਈ ਹੈ। ਜੇਕਰ ਆਪਾਂ ਨੂੰ ਸਮਝ ਨਾ ਆਵੇ ਤਾਂ ਆਪਾਂ ਇੱਥੇ ਐਕਸਪਰਟ ਨਾਲ ਫੋਨ 'ਤੇ ਗੱਲ ਵੀ ਕਰ ਸਕਦੇ ਹਾਂ। ਅੱਛਾ ਬਾਈ, ਅਤੇ ਆਪਾਂ ਇੱਥੇ ਬੀਜ ਅਤੇ ਹੋਰ ਦਵਾਈ ਵੀ ਔਨਲਾਈਨ ਔਡਰ ਕਰ ਸਕਦੇ ਹਾਂ। ਮੈਂ ਤਾਂ ਬਾਈ ਐਪ ਦੀ ਸਬਸਕ੍ਰਿਪਸ਼ਨ ਵੀ ਲਈ ਹੋਈ ਆ। ਅੱਛਾ ਬਾਈ, ਮੈਂ ਪਹਿਲਾਂ ਤੂੰ ਹੁਣੇ ਡਾਊਨਲੋਡ ਕਰ ਇਹਨੂੰ। ਬਾਈ ਮੈਂ ਹੁਣੇ ਹੀ ਕਰਦਾ ਡਾਊਨਲੋਡ। ਬਾਈ ਐਪ ਦਾ ਨਾਮ ਕੀ ਆ? ਭਾਰਤ ਐਗਰੀ। ਅਤੇ ਕਿਸਾਨੋ ਵੀਰੋ, ਤੁਸੀਂ ਵੀ ਮੇਰਾ ਡਿਸਕ੍ਰਿਪਸ਼ਨ 'ਚੋਂ ਭਾਰਤ ਐਗਰੀ ਐਪ ਡਾਊਨਲੋਡ ਕਰੋ। ਭਾਰਤ ਐਗਰੀ ਐਪ ਨਾਲ ਤਰੱਕੀ ਹੈ ਪੱਕੀ। ਹਾਂਜੀ ਵੀਰੇ ਆ ਗਈ ਤੂੰ? ਹਾਂਜੀ। ਅੱਜ ਕਾਲਜ ਇੰਨੀ ਲੇਟ ਹੋ ਗਈ ਵੀਰੇ? ਉਹ ਐਕਸਟਰਾ ਕਲਾਸ ਸੀ। ਐਕਸਟਰਾ ਕਲਾਸ ਲੱਗ? ਐਕਸਟਰਾ ਕਲਾਸ ਸਰੀ ਵੀਰੇ, ਐਕਸਟਰਾ ਕਲਾਸ ਆ। ਅੱਛਾ ਅੱਛਾ, ਹਾਂਜੀ। ਪੜ੍ਹਾਈ ਵਧੀਆ ਚੱਲੀ ਜਾਂਦੀ ਤੇਰੀ? ਹਾਂਜੀ ਵੀਰੇ। ਚੱਲ ਮੇਰੀ ਗੱਲ ਸੁਣਾ, ਘਰ ਦੇ ਕੰਮ ਪਹਿਲਾਂ ਘੱਟ ਕਰ ਲਿਆ ਕਰ, ਆਪਦਾ ਪੜ੍ਹਾਈ ਵੱਲ ਜ਼ੋਰ ਦੇ, ਠੀਕ ਆ ਵੀਰੇ? ਤੁਸੀਂ ਟੈਨਸ਼ਨ ਹੀ ਨਾ ਲਓ, ਠੀਕ ਆ ਵੀਰੇ? ਹਾਂ ਚੱਲ ਗੱਲ ਸੁਣ, ਨਾਲੇ ਤੇਰੇ ਨਾਲ ਇੱਕ ਗੱਲ ਕਰਨੀ ਸੀ ਮੈਂ। ਹਾਂਜੀ ਦੱਸੋ। ਚੱਲ ਤੂੰ ਹੁਣ ਆਈ ਆ ਨਾ, ਫੇਰ ਕਰੂੰਗਾ ਮੈਂ, ਕੱਲੂ ਗੱਲ ਕਰੂੰਗਾ ਤੇਰੇ ਨਾਲ, ਠੀਕ ਆ? ਠੀਕ ਹੈ, ਮੈਂ ਤੁਹਾਡੇ ਲਈ ਮਿੱਠੇ ਚੌਲ ਬਣਾ ਕੇ ਰੱਖਦੀ ਆ। ਮੈਂ 2000 ਰੁਪਇਆ ਚਾਹੀਦਾ ਸੀ ਮੈਨੂੰ। ਪੁੱਤ ਕੀ ਗੱਲ, ਰੋਜ਼ ਹੀ 2000 ਰੁਪਏ ਕਰਕੇ ਬੇਟੇ ਬਹੁਤ ਲੈ ਗਏ ਪੈਸੇ, ਕੀ ਗੱਲ, ਕੀ ਕਰਦਾ ਇੰਨੇ ਪੈਸਿਆਂ ਦਾ?
ਮੰਮੀ ਤੁਸੀਂ ਮੇਰੇ ਵੱਲ ਵੇਖੇ ਨਾ, ਵੱਡੇ ਵੱਲ ਵੇਖ ਲਓ, ਡੇਲੀ 4-5 ਹਜ਼ਾਰ ਰੁਪਇਆ ਲੈ ਕੇ ਜਾਂਦਾ। ਪੁੱਤ ਉਹ ਤਾਂ ਵੱਡਾ, ਉਹ ਤਾਂ ਚਲੋ ਮੈਂ ਮੰਨ ਰਹੀ ਹਾਂ, ਤੂੰ ਬੇਟਾ ਨਿਆਣਾ ਹੋ ਕੇ ਵੀ ਤੂੰ ਇੰਨੇ ਪੈਸਿਆਂ ਦਾ ਕੀ ਕਰਦਾ ਪੁੱਤ, ਕੋਈ ਨਾ ਤੇਰਾ ਟਾਈਮ ਆਵੇ ਤੈਨੂੰ ਵੀ ਦਿਆ ਕਰੋ ਬੇਟੇ। ਉਹ ਚਮਲਾਤਾ ਤੁਸੀਂ, ਉਹ ਪੁੱਤ ਕੀ ਚਮਲਾਤਾ, ਉਹਦੀ ਉਮਰ ਹੈ ਕੋਈ ਨਾ। ਕੱਲ੍ਹ ਉਹ ਕੁੜੀ ਨਾਲ ਵੇਖਿਆ ਮੈਂ, ਗੰਨੇ ਦਾ ਜੂਸ ਪੀ ਜਾਂਦਾ ਸੀ, ਉਹ ਵੀ ਗੰਨੇ ਦੀ ਰੇਹੜੀ 'ਤੇ। ਗੰਨੇ ਦੀ ਰੇਹੜੀ 'ਤੇ ਜੂਸ? ਹਾਏ ਰੱਬਾ, ਬਸ ਆਹੀ ਦਿਨ ਦੇਖਣ ਨੂੰ ਬਾਕੀ ਰਹਿੰਦੇ ਸੀ। ਕੋਈ ਚੰਗੀ ਜਗ੍ਹਾ 'ਤੇ ਲੈ ਕੇ ਜਾਂਦਾ ਕੁੜੀ ਨੂੰ, ਵਧੀਆ ਜਗ੍ਹਾ 'ਤੇ ਲੈ ਕੇ ਆਉਂਦਾ, ਰੈਸਟੋਰੈਂਟ 'ਚ, ਵਧੀਆ ਰੈਸਟੋਰੈਂਟ 'ਚ ਲੈ ਕੇ ਜਾਂਦਾ। ਮੈਂ ਪੁੱਤ ਮੈਨੂੰ ਐਂ ਦੱਸ, ਕੁੜੀ ਕਿਹੋ ਜਿਹੀ ਸੀ ਭਲਾ? ਕੁੜੀ ਤਾਂ ਠੀਕ ਠਾਕ ਜੀ ਸੀ। ਚੱਲ ਵਧੀਆ, ਕਮਾਲ ਹੈ ਤੁਹਾਡੇ ਵਾਲੀ, ਫਿਰ ਤੁਸੀਂ ਉਹਦੀਆਂ ਵਡਿਆਈਆਂ ਕਰੀ ਜਾਂਦੇ ਹੋ। ਕੱਲ੍ਹ ਨੂੰ ਉਹਨੂੰ ਜੇ ਭਜਾ ਲਿਆਏਗਾ, ਆਪਣੀ ਤਾਂ ਇੱਜ਼ਤ ਮਿੱਟੀ 'ਚ ਰੋਲ ਦੂ। ਤਾਂ ਉਹਦੀ ਕੋਈ ਫਰੈਂਡ ਫਰੁੰਡ ਹੋਣੀ ਹੈ ਕਾਲਜ ਦੀ। ਦੇਖ ਲੈਣੀ ਬੇਬੇ, ਹੁਣ ਤੇਰੇ ਪਾਏ ਸੂਟ ਵੀ ਮੇਰੇ ਆਉਣ ਲੱਗ ਗਏ। ਇੱਕ ਤੂੰ ਹੀ ਨਹੀਂ ਹੈ ਮੇਰੇ ਕੋਲ, ਜੇ ਅੱਜ ਤੂੰ ਹੁੰਦੀ ਤਾਂ ਘੱਟੋ ਘੱਟ ਤੇਰੇ ਨਾਲ ਦਿਲ ਦੀ ਗੱਲ ਤਾਂ ਖੋਲ ਸਕਦੀ ਸੀ। ਵੀਰੇ ਤੂੰ ਤਾਂ ਡਰ ਲੱਗਦਾ, ਕਿਵੇਂ ਦੱਸਾਂ ਉਹਨੂੰ ਕਿ ਮੈਂ ਕਿਸੇ ਨੂੰ ਪਿਆਰ ਕਰਦੀ ਹਾਂ? ਕਿਵੇਂ ਦੱਸਾਂ ਬੇਬੇ ਉਹਨੂੰ ਮੈਂ ਕਿ ਮੈਂ ਆਪਣੀ ਜ਼ਿੰਦਗੀ ਆਪਦੀ ਇੱਛਾ ਨਾਲ ਜੀਣਾ ਚਾਹੁੰਦੀ ਹਾਂ? ਕੀ ਸੋਚੂਗਾ ਉਹ ਮੇਰੇ ਬਾਰੇ? ਮਾਵਾਂ ਧੀਆਂ ਦੇ ਤਾਂ 100 ਪਰਦੇ ਹੁੰਦੇ ਨੇ। ਅੱਲੇ ਆ ਜਾ, ਇੱਕ ਮਿੰਟ ਉਰੇ ਬੈਠ, ਤੇਰੇ ਨਾਲ ਮੈਂ ਬਹੁਤ ਜ਼ਰੂਰੀ ਗੱਲ ਕਰਨੀ ਆ। ਹਾਂਜੀ ਦੱਸੋ ਵੀਰੇ। ਜਿਹੜੇ ਮਾਲਕਾਂ ਦਾ ਮੈਂ ਕੰਮ ਨਹੀਂ ਕਰਦਾ, ਹਾਂਜੀ, ਉਹਨੇ ਨਾ ਇੱਕ ਬਹੁਤ ਵਧੀਆ ਰਿਸ਼ਤੇ ਦੀ ਦੱਸ ਪਾਈ ਆ ਮੈਨੂੰ। ਮੈਂ ਸੋਚਿਆ ਤੇਰਾ ਵਿਆਹ ਕਰਦਾ ਨੇ, ਬਹੁਤ ਵਧੀਆ ਮੁੰਡਾ, ਭੱਠੇ 'ਤੇ ਆਪਦਾ ਟਰੈਕਟਰ ਉਹਨਾਂ ਦਾ, ਵਧੀਆ ਪੈਸੇ ਕਮਾਉਂਦਾ ਅਤੇ ਘਰ ਵੀ ਉਹਨਾਂ ਦਾ ਪੱਕਾ। ਸਭ ਤੋਂ ਵਧੀਆ ਗੱਲ ਇੱਕ ਉਹਨਾਂ ਦੀ ਮੈਨੂੰ ਜਿਹੜੀ ਲੱਗੀ ਆ, ਉਹਨਾਂ ਦੀ ਕੋਈ ਕਹਿੰਦਾ 1 ਰੁਪਏ ਦੀ ਵੀ ਮੰਗ ਨਹੀਂ ਹੈਗੀ, ਨਾ ਮੁੰਡਾ ਨਸ਼ਾ ਪੱਤਾ ਕਰਦਾ। ਹੁਣ ਤੂੰ ਦੱਸ, ਮੈਂ ਹਾਂ ਕਰਦਾ ਫਿਰ ਰਿਸ਼ਤੇ ਨੂੰ? ਹਜੇ ਮੈਂ ਪੜ੍ਹਨਾ ਸੀ, ਮੈਂ ਵਿਆਹ ਬਾਰੇ ਕੁਛ ਨਹੀਂ ਚਾਹੁੰਦਾ। ਉਹ ਪੜ੍ਹ ਲਈ ਫਿਰ, ਉਹ ਕਿਹੜਾ ਤੇਰੇ ਕਿਤਾਬਾਂ ਪੜ੍ਹਦੇ ਨੇ? ਮੇਰੇ ਮੈਨੂੰ ਲੇਟ ਹੋ ਰਿਹਾ। ਉਹ ਇਹੋ ਜਿਹੇ ਰਿਸ਼ਤੇ ਬਾਰ ਬਾਰ ਥੋੜ੍ਹਾ ਮਿਲਦੇ ਨੇ, ਕੌਣ ਸਮਝਾਵੇ ਇਹਨਾਂ ਨੂੰ ਪੜ੍ਹਿਆ ਲਿਖਿਆ ਨੇ। ਮੰਮਾ ਆਪਾਂ ਮਾਰਕੀਟ ਚੱਲੀਏ। ਅੱਛਾ, ਨਹੀਂ ਮਾਰਕੀਟ ਨੂੰ ਛੱਡ, ਉੱਥੇ ਮੇਰੀ ਗੱਲ ਸੁਣ। ਤੂੰ ਜਿਹੜਾ ਆਪਣਾ ਛੋਟਾ ਨਹੀਂ ਹੈਗਾ, ਹੈ ਛੋਟਾ ਕਹਿ ਰਿਹਾ ਸੀ, ਜੱਗੀ ਹੈ ਨਾ, ਕੁੜੀ ਨਾਲ ਘੁੰਮਦਾ ਰਹਿੰਦਾ, ਉਹਨੂੰ ਘੁਮਾਉਂਦਾ ਰਹਿੰਦਾ, ਹੈ ਵੀ ਜੂਸ ਪਿਲਾਉਂਦਾ ਉਹਨੂੰ, ਅਤੇ ਕਿਤੇ ਕਿਤੇ ਲੈ ਕੇ ਆਉਂਦਾ ਕਿਤੇ ਕਿਤੇ। ਤੂੰ ਪਤਾ ਕਰ ਤੇਰਾ ਜੱਗੀ ਵਿਆਹ ਉਹ ਕਿਵੇਂ, ਮਤਲਬ ਕੁੜੀ ਨਾਲ ਸੱਚੀ ਹੋਈ ਕਿਤੇ ਗੱਲ ਗੁੱਲ ਤਾਂ ਨਹੀਂ ਹੈਗੀ ਕਿਤੇ ਕੋਈ? ਹਾਂਜੀ ਮੰਮਾ, ਮੈਨੂੰ ਵੀ ਲੱਗਦਾ ਵੈਸੇ। ਅੱਛਾ, ਰਾਤ ਨੂੰ ਪਤਾ ਨਹੀਂ ਕਿਹਦੇ ਨਾਲ ਲੱਗਿਆ ਰਹਿੰਦਾ ਫੋਨ 'ਤੇ। ਹਾਏ, ਇਹਨੇ ਤਾਂ ਮੈਨੂੰ ਕੋਈ ਦੱਸਿਆ ਵੀ ਨਹੀਂ ਇਹਨੇ ਕੁਛ ਕਦੇ, ਕਿੰਨੀਆਂ ਗੱਲਾਂ ਲੁਕਾਉਣ ਲੱਗ ਗਿਆ ਮੁੰਡਾ ਮੇਰੇ ਤੋਂ। ਤੁਹਾਡੇ ਪੈਸਿਆਂ 'ਤੇ ਨਾਲੇ ਐਸ਼ ਕਰਦਾ, ਨਾਲੇ ਤੁਹਾਨੂੰ ਕੁਛ ਦੱਸਦਾ ਵੀ ਨਹੀਂ। ਉਹ ਨਹੀਂ ਨਹੀਂ ਪੁੱਤ, ਪੈਸੇ ਤਾਂ ਚੱਲ ਉਹਦੇ ਮਾਂ ਪਿਓ ਦੇ ਹੀ ਨੇ, ਹੈ ਨਾ, ਮੇਰੀ ਭੈਣ ਨਾ ਜਾਂਦੀ ਸੀ ਪ੍ਰੋਪਰਟੀ ਇਹਦੇ ਨਾਂ ਕਰਾ ਗਈ ਸੀ, ਹੈਂ। ਚੱਲ ਕੋਈ ਗੱਲ ਨਹੀਂ, ਉਹ ਤਾਂ ਪੈਸੇ ਆਪਣਾ ਨੂੰ ਆਏ ਵੀ ਬੱਚਾ ਵਿਗੜੇ ਨਾ, ਅਗਲੀ ਮੇਰੀ ਜ਼ਿੰਮੇਵਾਰੀ 'ਤੇ ਛੱਡ ਕੇ ਗਈ, ਹੈ ਨਾ, ਵੀ ਮੇਰਾ ਬੱਚਾ ਵਿਗੜੇ ਨਾ। ਚੱਲ ਛੱਡ ਭਰਾ, ਬਾਅਦ 'ਚੋਂ ਗੱਲ ਕਰ ਲੂੰਗੀ ਮੈਂ ਜੱਗੀ ਨਾਲ, ਚੱਲ ਆਪਾਂ ਮਾਰਕੀਟ ਚੱਲਦੇ ਹਾਂ, ਠੀਕ ਹੈ। ਯਾਰ ਕਿਹੋ ਜਿਹੀ ਗੱਲਾਂ ਕਰਦੀਆਂ ਤੂੰ, ਬਸ ਤੂੰ ਆਪਦੇ ਬਾਈ ਨਾਲ ਗੱਲ ਕਰ ਲੈ ਆਪਣੇ ਵਿਆਹ ਵਾਸਤੇ, ਅਤੇ ਮੈਂ ਘਰੇ ਗੱਲ ਕਰ ਲੂੰਗਾ। ਤੁਹਾਡੇ ਘਰ ਦੇ ਮੰਨ ਜਾਣਗੇ? ਮੈਂ ਗੱਲ ਤਾਂ ਕਰ ਲਾਂ। ਮੇਰਾ ਵੀਰਾ ਵੀ ਅੱਜ ਰਿਸ਼ਤੇ ਬਾਰੇ ਕਹਿੰਦਾ ਸੀ, ਅਤੇ ਦੇਖਦੀ ਹਾਂ ਮੈਂ ਫਿਰ ਉਹਦੇ ਨਾਲ ਗੱਲ ਕਰਕੇ। ਤੂੰ ਡਰੀ ਨਾ, ਖੁੱਲ੍ਹ ਕੇ ਗੱਲ ਕਰ ਲਈ, ਆਪਣਾ ਵਿਆਹ ਹੋ ਜੂਗਾ। ਜੇ ਤੁਸੀਂ ਕਹਿੰਦੇ ਹੋ ਤਾਂ ਠੀਕ ਹੈ, ਕਰਦੀ ਹਾਂ ਮੈਂ। ਇੰਨਾ ਸਮਾਨ ਕਦ ਲਈ ਮੰਗਾਇਆ ਬਾਈ? ਉਹ ਇਹ ਨਾ ਆਪਾਂ ਹੋਟਲ ਬਣਾ ਰਹੇ ਹਾਂ। ਅੱਛਾ, ਚਲ ਵਧੀਆ ਗੱਲ ਆ, ਤੁਹਾਡੇ ਵਾਲਾ ਵੱਡਾ ਸਾਂਭਲੂਗਾ। ਓਏ, ਉਹਦੇ ਤੋਂ ਗਰੀਬਣੀ ਜੀ ਸਮਝੇ ਨਾ, ਉਹੀ ਬਹੁਤ ਆ, ਸਾਰਾ ਦਿਨ ਉਹਦੇ ਨਾਲ ਹੀ ਲੱਗਾ ਰਹਿੰਦਾ। ਉਹ ਬਾਈ ਪਿਆਰ ਕਰਦਾ ਉਹ। ਪਿਆਰ ਮੈਨੂੰ ਦੇਖ ਲੈ, ਨਿੱਤ ਨਵੀਂ ਉਹ ਉਹਦੇ ਪਿੱਛੇ ਹੀ। ਹਾਂਜੀ ਜਾਨੂੰ ਆ ਗਿਆ, ਉਹਦੇ ਤੋਂ ਪੈਸੇ ਪੂਸੇ ਖਾਵੇ,
ਪਰ ਉਹ ਪੈਸੇ ਕਿੱਥੋਂ ਖਵਾ ਦੂ, ਉਹਦੇ ਕੋਲ ਆਪ ਨਹੀਂ ਹੈਗੇ। ਉਹ ਬਾਈ ਸਾਰਾ ਦਿਨ ਤੇਰੇ ਕੋਲ ਪੈਸੇ ਵਾਲੀਆਂ ਗੱਲਾਂ, ਹੋਰ ਕੋਈ ਕੰਮ ਹੈ ਤੈਨੂੰ? ਉਹ ਬਾਈ ਪੈਸੇ ਬਿਨਾਂ ਕੋਈ ਜ਼ਿੰਦਗੀ ਹੈ? ਕੋਈ ਗੱਲ ਨਹੀਂ, ਆਹ ਹੁਣ ਹੋਟਲ ਪਾ ਲਉਂਗੇ, ਵਧੀਆ ਲੰਘ ਜਾਓ। ਉਹ ਯਾਰ ਆਹ ਹੋਟਲ ਆਪਾਂ ਪਾ ਲਿਆ, ਗਾਹਕ ਗੂਕ ਲਿਆਂਦਾ, ਠੀਕ ਹੈ? ਕੋਈ ਨਾ ਟੈਨਸ਼ਨ ਵਾਲਾ, ਗਾਹਕ ਗੂਕ ਵਾਧੂ ਟੀਆਂ ਦੇਵਾਂਗੇ, ਵਾਧੂ ਗਾਹਕ ਗੂਕ। ਯਾਰ ਮੈਂ ਸੋਚਦਾ ਸੀ ਆਪਾਂ ਨਾਲ ਜਿੰਮ ਵੀ ਖਿਲਵਾ ਦਈਏ। ਉਹ ਇੰਨਾ ਲਾਲਚ ਨਾ ਕਰਿਆ ਕਰ, ਹੋਟਲ ਹੀ ਵਾਧੂ ਹੈ। ਉਹ ਯਾਰ ਲਾਲਚ ਨਹੀਂ, ਉਹ ਮੈਂ ਸੋਚਦਾ ਸੀ ਚੱਲ ਕੰਮ ਵੱਧ ਜਾਏਗਾ ਆਪਣਾ ਹੋਰ। ਚੱਲ ਕੋਈ ਨਹੀਂ, ਹੋਟਲ ਤੋਂ ਹੀ ਬਹੁਤ ਚੱਲ ਜੂ ਕੰਮ, ਆ ਜਾ। ਚੱਲ ਇਹਨੇ ਵੀ ਮੇਰੇ ਸਾਲ ਦੇ ਨਾ ਅੱਜੇ ਖਰਾਬ ਹੋਣਾ ਤੀਆ। ਚੱਲ ਵੀਰੇ ਮੈਂ ਗੱਲ ਕਰਨੀ ਸੀ ਤੁਹਾਡੇ ਨਾਲ। ਉਹ ਕਰਦਾ ਮੈਨੂੰ ਪੱਠੇ ਕੁੱਤਰਦਾ ਹੁੰਦੇ। ਵੀਰੇ ਜ਼ਰੂਰੀ ਗੱਲ ਹੈ। ਉਹ ਇੰਨੀ ਕਿੰਨੀ ਕੁ ਜ਼ਰੂਰੀ ਗੱਲ ਆ? ਵੀਰੇ ਆ ਜਾਓ ਨਾ ਬੈਠ ਕੇ ਗੱਲ ਕਰਦੇ। ਚੱਲ ਆ ਜਾ, ਅਸੀਂ ਕਿਹੜੀ ਗੱਲ ਕਰਨੀ ਆ? ਹਾਂ ਦੱਸ ਕਿਹੜੀ ਗੱਲ ਕਰਨੀ ਆ ਤੈਨੇ ਵੀਰੇ? ਹਾਂ ਬੋਲ, ਹੁਣ ਵੀਰਾ ਵੀਰੀ ਕਰੀ ਜਾਏਗੀ, ਅੱਗੇ ਵੀ ਬੋਲ ਕੁਛ। ਵੀਰੇ ਮੇਰੀ ਕਲਾਸ 'ਚ ਨਾ ਇੱਕ ਮੁੰਡਾ ਹੈ। ਕੀ ਕੁਛ ਕਹਿਣਾ ਉਹ? ਵੀਰੇ ਅਸਲ 'ਚ ਨਾ ਮੈਂ ਉਹਨੂੰ ਪਸੰਦ ਕਰਦੀ ਹਾਂ ਅਤੇ ਅਸੀਂ ਵਿਆਹ ਕਰਵਾਉਣਾ ਸੀ। ਵਿਆਹ ਤਾਂ ਗੁੱਡੀ ਮੈਂ ਵੀ ਕਰਾ ਰਹੀ ਸੀ ਤੇਰਾ, ਉੱਥੇ ਕੀ ਮਾੜਾ? ਪਰ ਵੀਰੇ ਉਹ ਬਹੁਤ ਚੰਗਾ ਮੁੰਡਾ ਹੈ ਅਤੇ ਉਹ ਮੈਨੂੰ ਬਹੁਤ ਪਿਆਰ ਕਰਦਾ ਹੈ। ਆ ਪਿਆਰ ਪਿਓਰ ਜਿਹਾ ਨਾ ਰਸਤਿਆਂ 'ਚ ਰਹਿ ਜਾਂਦੇ ਨੇ, ਇੱਕ ਵਾਰ ਪਤਾ ਕਰ ਲਈ ਮੁੰਡੇ ਦਾ। ਵੀਰੇ ਉਹ ਚੰਗਾ ਮੁੰਡਾ ਹੈ। ਕੀ ਕਰਦਾ ਕੀ ਹੈ ਮੁੰਡਾ? ਵੀਰੇ ਮੇਰੇ ਨਾਲ ਪੜ੍ਹਦਾ ਹੈ, ਪਰ ਉਹਨਾਂ ਦੇ ਨਾ 20-25 ਕਿੱਲੇ ਜ਼ਮੀਨ ਹੈ, ਅੱਛੇ ਨੇ, ਘਰ ਵੀ ਅੱਛਾ। ਅੱਛਾ ਮੁੰਡਾ ਤੇਰੇ ਨਾਲ ਵਿਆਹ ਕਰਾਉਣ ਨੂੰ ਤਿਆਰ ਆ ਫਿਰ? ਹਾਂਜੀ। ਪੱਕੀ ਗੱਲ ਆ? ਹਾਂਜੀ। ਚੱਲ ਮੈਨੂੰ ਤਾਂ ਤੇਰੀ ਖੁਸ਼ੀ ਚਾਹੀਦੀ ਆ, ਮੈਂ ਤੇਰਾ ਇੱਧਰ ਨਹੀਂ ਉੱਥੇ ਵਿਆਹ ਕਰ ਦੂੰਗਾ, ਠੀਕ ਆ? ਚੱਲ ਤੂੰ ਮੁੰਡੇ ਨਾਲ ਇੱਕ ਵਾਰ ਗੱਲ ਕਰ ਲਈ, ਆਪਾਂ ਫਿਰ ਰਿਸ਼ਤਾ ਕਰ ਦਾਂਗੇ ਤੇਰਾ ਉੱਥੇ ਨਾਲ, ਠੀਕ ਆ? ਲੈ ਦੇਖ ਕਿੰਨੀ ਖੁਸ਼ ਹੋਈ ਆ। ਜੱਗੀ, ਓਏ ਜੱਗੀ, ਉਹ ਪੁੱਤ ਉੱਠ, ਤੇਰੇ ਨਾਲ ਗੱਲ ਕਰਨੀ ਹੈ ਮੈਂ। ਓ ਜੱਗੀ, ਮਸੀ ਸੋਇਆ ਸੁਣਦਾ ਰਿਹਾ ਕਰ, ਸਾਰਾ ਦਿਨ ਰਾਤ ਨੂੰ ਫੋਨ ਚਲਾਉਂਦਾ, ਦਿਨ ਸਾਰਾ ਦਿਨ ਸੁਣਦਾ ਰਹਿੰਦਾ। ਚੱਲ ਸੋ ਜਾ, ਉੱਠ ਕੇ ਮੇਰੇ ਨਾਲ ਗੱਲ ਸੁਣੀ, ਠੀਕ ਹੈ ਮੇਰੀ? ਠੀਕ ਹੈ, ਚੰਗਾ। ਹੈਲੋ ਹੈਲੋ ਜੈਕ, ਤੂੰ ਨਾ ਆਪਣੇ ਘਰਦਿਆਂ ਨਾਲ ਛੇਤੀ ਛੇਤੀ ਗੱਲ ਕਰ ਲੈ। ਮੈਂ ਕਰਦਾ ਮੰਮੀ ਨਾਲ ਗੱਲ ਵਿਆਹ ਬਾਰੇ, ਅੱਜ ਕਰ ਲਵਾਂ ਪੱਕਾ। ਤੇ ਨਾਲੇ ਮੇਰੇ ਕੋਲ ਨਾ ਤੇਰੇ ਲਈ ਇੱਕ ਸਰਪ੍ਰਾਈਜ਼ ਹੈ, ਮੈਂ ਤੈਨੂੰ ਮਿਲ ਕੇ ਦੱਸਾਂਗੀ। ਠੀਕ ਹੈ, ਚੱਲ ਛੇਤੀ ਮਿਲਦੇ ਹਾਂ। ਹਾਂਜੀ 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 ਭੈਣ ਜੀ, ਮੈਂ ਨਾ ਬਾਅਦ 'ਚੋਂ ਗੱਲ ਕਰਦੀ ਹਾਂ ਤੁਹਾਡੇ ਨਾਲ, ਮਾੜੀ ਜਿਹੀ ਮੈਂ ਮੁੰਡੇ ਦੀ ਗੱਲ ਸੁਣਨਾ। ਹਾਂਜੀ ਠੀਕ ਹੈ ਜੀ, ਓਕੇ ਜੀ, ਓਕੇ। ਮੰਮੀ ਮੈਂ ਐਵੇਂ ਹੀ ਕਹਿੰਦਾ ਸੀ। ਹਾਂ ਪੁੱਤ, ਤੇ ਬੋਲ ਲੈ, ਕੁੜੀ ਨੂੰ ਬਹੁਤ ਪਿਆਰ ਕਰਦਾ, ਮੈਂ ਉਹਦੇ ਨਾਲ ਵਿਆਹ ਕਰਵਾਉਣਾ। ਅੱਛਾ ਅੱਛਾ, ਉਹ ਹੀ ਕੁੜੀ ਦੀ ਗੱਲ ਕਰ ਰਿਹਾ ਬੇਟੇ ਤੂੰ, ਜਿਹੜਾ ਅੱਜ ਕੱਲ੍ਹ ਤੂੰ ਬਹੁਤ ਬਾਜ਼ਾਰਾਂ 'ਚ ਲੈ ਕੇ ਘੁੰਮਦਾ ਉਹਨੂੰ? ਮੰਮੀ ਹੁਣ ਬਥੇਰੀ ਘੁਮਾ ਲਈ, ਉਹ ਹੁਣ ਉਹਨੂੰ ਘਰਦੀ ਨੂੰ ਬਣਾ ਕੇ ਰੱਖਣਾ, ਮੈਂ ਉਹਦੇ ਨਾਲ ਹੀ ਵਿਆਹ ਕਰਵਾਉਣਾ। ਚਲ ਕੋਈ ਗੱਲ ਨਹੀਂ ਪੁੱਤ, ਫਿਰ ਉਹ ਮਤਲਬ ਕਰਦੇ ਕੀ ਨੇ ਕੰਮ ਕੁੰਮ? ਕੁੜੀ ਪੜ੍ਹਾਈ 'ਚ ਬਹੁਤ ਇੰਟੈਲੀਜੈਂਟ ਹੈ। ਅੱਛਾ ਅੱਛਾ ਠੀਕ ਹੈ, ਹੁਣ ਉੱਠੇ ਕੋਈ ਕੰਮ ਕਰੀ ਜਾਂਦੇ ਨਾ, ਆਪਾਂ ਕੁੜੀ ਨੂੰ ਨੌਕਰੀ ਲਵਾ ਦਾਂਗੇ। ਉਹ ਤਾਂ ਆਪਾਂ ਨੂੰ ਨੌਕਰੀ ਲਗਾਉਣ ਦੀ ਕੀ ਲੋੜ ਹੈ, ਆਪਣੇ ਕੋਲ ਇੰਨੀ ਤਾਂ ਦੌਲਤ ਹੈ, ਆਪਾਂ ਕੋਲ ਇੰਨਾ ਪੈਸਾ, ਕੀ ਜ਼ਰੂਰਤ ਆਪਾਂ ਨੂੰ? ਜੇ ਖਾਨਦਾਨ ਵਧੀਆ ਫਿਰ ਆਪਾਂ ਕੋਈ ਗੱਲ ਨਹੀਂ, ਗੱਲ ਅੱਗੇ ਵਧਾਵਾਂਗੇ। ਬਸ ਮੈਂ ਹਾਂ ਸਮਝਾਉਣਾ। ਜਾ ਪੁੱਤ ਤੂੰ ਸਮਾਨ ਲਿਆ ਬਾਜ਼ਾਰੋਂ ਜਾ ਕੇ, ਫਿਰ ਮੈਂ ਸੋਚ ਕੇ ਤੈਨੂੰ ਦੱਸਦੀ ਹਾਂ, ਠੀਕ ਹੈ? ਜਾ ਮੇਰਾ ਸ਼ੇਰ, ਜਾ ਉੱਠ ਉੱਠ। ਠੀਕ ਹੈ, ਦਾ ਪਿੰਡ ਦੇ ਮੁੰਡੇ ਨਾਲ ਵਿਆਹ, ਪਿੰਡ ਦੀ ਕੁੜੀ ਨਾਲ। ਕੀ ਕਰਦਾ ਬਾਈ? ਉਹ ਨੈੱਟ ਦੇ ਖਬਰਾਂ ਹੀ ਦੇਖਦਾ ਜੀ ਥੋੜ੍ਹੀਆਂ ਜਿਹੀਆਂ। ਅੱਛਾ ਬਈਆ, ਗੱਡੀ ਮੈਂ ਲੈ ਜਾਂ ਯਾਰ ਕੱਲ੍ਹ। ਕਿਉਂ? ਉਹ ਮੈਂ ਯਾਰ ਆਪਣੀ ਸਹੇਲੀ ਨੂੰ ਮਿਲ ਕੇ ਆਉਣਾ। ਪਰਸ ਦਾ ਮਿਲ ਕੇ ਆਇਆ ਤੂੰ? ਓਏ ਉਹ ਦੂਜੀ ਸੀ, ਹੁਣ ਦੂਜੀ ਨੂੰ ਮਿਲ ਕੇ ਆਉਣਾ। ਅੱਛਾ, ਮੇਰੀ ਗੱਲ ਸੁਣ ਲਓ, ਇਹ ਕੁੜੀ ਨਾਲ ਗੱਲ ਰੱਖ ਲੈ, ਉਹਦੇ ਨਾਲ ਹੀ ਵਿਆਹ ਕਰਵਾ ਲਈ, ਕਦੇ ਕੋਈ ਕਦੇ ਕੋਈ ਕਦੇ ਕੋਈ ਕਦੇ ਕੋਈ, ਇੰਨਾ ਖਰਚਾ ਕਰੀ ਜਾਂਦਾ ਤੂੰ। ਖਰਚਾ ਮੈਂ ਆਪਦਾ ਨਹੀਂ ਕਰਦਾ, ਉਹਦਾ ਕਰਾਉਣਾ। ਹਾਂ ਤੇਰੇ ਵਾਲਾ ਕੰਮ ਥੋੜ੍ਹੀ ਨਾ, ਉਹਨੂੰ ਪੈਸੇ ਖਵਾਈ ਜਾਣੇ ਨੇ। ਉਹ ਕਿੰਨੇ ਕੁ ਪੈਸੇ ਖਾਂਦੀ ਆ ਯਾਰ, ਪਿਆਰ ਹੈ, ਮੈਂ ਉਹਦੇ ਨਾਲ ਹੀ ਵਿਆਹ ਕਰਵਾਉਂਗਾ। ਅੱਛਾ ਯਾਰ, ਮੈਨੂੰ ਗੱਡੀ ਦੇ ਦਿਓ ਬਾਬਾ, ਫੜ ਚਾਬੀ।
ਹੁਣ ਤੂੰ ਗੁੱਸਾ ਕਰ ਗਿਆ ਨਾਲੇ ਜਿਹੜੀ ਤੂੰ ਸੈੱਟ ਕਰੀ ਫਿਰਦਾ ਨਾ ਆਪਣੇ ਨਾ ਪੈਰਾਂ ਵਰਗੀ ਨਹੀਂ ਹੈਗੀ ਉਹ ਤੂੰ ਰਹਿਣ ਦੇ ਓਏ ਕੰਮ ਕਰ ਲੈ ਪੈਰਾਂ ਵਰਗੀ ਨਹੀਂ ਹੈਗੀ ਉਹ ਬਾਈ ਹਾਂ ਹੱਸਦੇ ਸੀ ਅੱਛਾ 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 ਚੱਲ ਤੂੰ ਜਾ ਗੱਡੀ ਲੈ ਲੱਗਾ ਜਾ ਗੱਡੀ ਲੈ ਕੇ ਜਾ ਬਾਈ ਗੋਡੇ ਤੇ ਤਾਂ ਬਿਠਾ ਲੇਗਾ ਯਾਰ ਬਹਿ ਜੀ ਬਹਿ ਜੀ ਭਾਬੀ ਦੀ ਤੇਰੀ ਦੀ ਚੱਲ ਤੈਨੂੰ ਛੱਡ ਦਾਂਗਾ ਫਿਰ ਓ ਠੀਕ ਹੈ ਓ ਤੈਨੂੰ ਛੱਡ ਦਾਂਗਾ ਹਾਂ ਮੈਂ ਬਾਈ ਨਾਲ ਆ ਗਿਆ ਨਾ ਚੱਲ ਜਾ ਯਾਰ ਓਕੇ ਅੱਛੀ ਦੀਪ ਦੀਪ ਤੂੰ ਗੱਲ ਸੁਣੀ ਆ ਗਏ ਹੀ ਆ ਗਿਆ ਹਾਂਜੀ ਉਹ ਪੁੱਤ ਮੈਂ ਨਾ ਜੱਗੀ ਕਹਿ ਰਿਹਾ ਸੀ ਮਤਲਬ ਉਹ ਕੁੜੀ ਦੇ ਨਾਲ ਵਿਆਹ ਕਰਾਉਣ ਨੂੰ ਜਿਹਦੇ ਨਾਲ ਅੱਜ ਕੱਲ੍ਹ ਬੜਾ ਘੁੰਮਦਾ ਫਿਰਦਾ ਰਹਿੰਦਾ ਤੁਸੀਂ ਦੱਸੋ ਮੈਂ ਕੀ ਕਰਾਂ ਕੋਰੀ ਨਾ ਕਰੋ ਜੀ ਕੋਰੀ ਨਾ ਉਹਦਾ ਭਰਾ ਦੇ ਲੱਗਿਆ ਹੋਇਆ ਸੀਰੀ ਸੀਰੀ ਲੱਗਿਆ ਉਹਦਾ ਭਰਾ ਹਾਏ ਵੇ ਜੱਗੀ ਤੂੰ ਤਾਂ ਮੇਰੇ ਤੋਂ ਬੜੀਆਂ ਹੀ ਗੱਲਾਂ ਲੁਕਾਈਆਂ ਨੇ ਸੀਰੀ ਤੇ ਕੁੜੀ ਨਾ ਸੋਹਣੀ ਹੈ ਅੱਛਾ ਉਹ ਤਾਂ ਕਹਿੰਦਾ ਬੜੀ ਕੁੜੀ ਲੈ ਕੇ ਪੜ੍ਹਾਈ ਦੇ ਵਿੱਚ ਬੜੀ ਲੈ ਕੇ ਲੋਕਾਂ ਦੇ ਘਰੋਂ ਗੋਆ ਮੱਝਾਂ ਦਾ ਹਾਏ ਰੱਬਾ ਵੇ ਜੱਗੀ ਤੂੰ ਤਾਂ ਬਿਲਕੁਲ ਹੀ ਇੱਜ਼ਤ ਸਾਡੀ ਮਿੱਟੀ 'ਚ ਮਿਲਾਤੀ ਹਾਏ ਬਸ ਇਹੀ ਕਸਰ ਬਾਕੀ ਸੀ ਮੈਂ ਆਪਣੀਆਂ ਫਰੈਂਡਸ ਨੂੰ ਕੀ ਮੂੰਹ ਦਿਖਾਉਂਗੀ ਵੀ ਮੇਰੇ ਕਜ਼ਨ ਨੇ ਇਹੋ ਜਿਹੀ ਕੁੜੀ ਨਾਲ ਵਿਆਹ ਕੀਤਾ ਮੰਮਾ ਜੇ ਇਹਨਾਂ ਦਾ ਵਿਆਹ ਹੋਇਆ ਨਾ ਮੈਂ ਤਾਂ ਨਹੀਂ ਆਉਂਦੀ ਵਿਆਹ 'ਚ ਮੰਮੀ ਆ ਦੇਖ ਇਹ ਮੇਰਾ ਵੀਰਾ ਮੰਨ ਗਿਆ ਵਿਆਹ ਤੇ ਕਿੰਨਾ ਖੁਸ਼ ਹੋਏਗਾ ਉਹ ਜੈਕ ਜੈਕ ਮੇਰਾ ਵੀਰਾ ਮੰਨ ਗਿਆ ਵਿਆਹ ਲਈ ਪਰ ਯਾਰ ਮੇਰੇ ਘਰਦੇ ਨਹੀਂ ਮੰਨਦੇ ਵਿਆਹ ਵਾਸਤੇ ਉਹ ਜਵਾਬ ਦੇ ਗਏ ਕਿ ਆਪਾਂ ਪਰ ਇੱਦਾਂ ਕਿੱਦਾਂ ਹੋ ਸਕਦਾ ਮੈਂ ਤਾਂ ਆਪਣੇ ਵੀਰੇ ਨਾਲ ਗੱਲ ਕਰ ਲਈ ਨਾ ਤੁਸੀਂ ਰਹਿਣ ਦੋ ਬਸ ਜਾ ਕੇ ਰਹਿਣ ਦੇ ਬਸ ਤੈਨੂੰ ਤਾਂ ਕੁੜੀ ਦਿਖਦੀ ਹੈ ਸਾਡੀ ਇੱਜ਼ਤ ਦਾ ਖਿਆਲ ਤੈਨੂੰ ਕੁਛ ਨਹੀਂ ਹੈਗਾ ਮੈਂ ਬਹੁਤ ਪਿਆਰ ਕਰਦਾ ਉਹ ਕੁੜੀ ਨੂੰ ਉਹਦੇ ਨਾਲ ਹੀ ਵਿਆਹ ਕਰਵਾਉਂਦੀ ਤੈਨੇ ਸਾਡੀ ਇੱਜ਼ਤ ਮਿੱਟੀ 'ਚ ਮਲਾਤੀ ਬਸ ਕਰ ਜੈਕ ਤੈਨੂੰ ਮੇਰੇ ਸਾਡੇ ਪਿਆਰ 'ਚ ਕੀ ਕਮੀ ਰਹਿ ਗਈ ਸੀ ਤੈਨੂੰ ਆਪਣੇ ਬੱਚਿਆਂ ਨਾਲ ਵੱਧ ਤੈਨੂੰ ਪਿਆਰ ਕੀਤਾ ਇੰਨੇ ਕਿਹਨੂੰ ਪਾਲਿਆ ਤੈਨੂੰ ਆਪਣੇ ਹੱਥਾਂ 'ਚ ਮੇਰੀ ਸੌ ਬਸ ਉਹ ਕੁੜੀ ਨਾਲ ਵਿਆਹ ਨਹੀਂ ਕਰਾਏਗਾ ਤੂੰ ਉਹ ਆਪਣੇ ਲੈਵਲ ਦੇ ਪੁੱਤ ਨਹੀਂ ਹੈਗੇ ਚਲ ਠੀਕ ਮੈਂ ਤੇਰੇ ਬਾਰੇ ਬਹੁਤ ਸੋਚਦੀ ਹਾਂ ਪੁੱਤ ਜੈਕ ਯਾਰ ਬਸ ਆਪਣੀ ਲਵ ਸਟੋਰੀ ਦਾ ਇਹੀ ਐਂਡ ਹੈ ਪਰ ਮੈਂ ਆਪਣੇ ਵੀਰੇ ਨੂੰ ਕੀ ਕਹੂੰਗੀ ਤੂੰ ਇੱਕ ਦਿਨ ਰੋਵੇਂਗਾ ਵੇ ਜਿਵੇਂ ਅਸੀਂ ਰੋਏ ਵੇ ਬੂਹੇ ਬੰਦ ਕਰਕੇ ਕੰਧਾਂ ਨਾਲ ਲੱਗ ਕੇ ਤੈਨੂੰ ਪੂਰਾ ਤਰਸ ਵੀ ਸਾਡੇ ਉੱਤੇ ਆਇਆ ਨਾ ਸੁੱਟ ਗਿਆ ਵੈਰੀਆ ਤੂੰ ਦਿਲ ਵਿੱਚੋਂ ਕੱਢ ਕੇ ਤੂੰ ਤੇ ਕਦੇ ਕਦਰ ਨਾ ਜਾਣੇ ਸਾਡੇ ਪਿਆਰ ਦੀ ਅਸੀਂ ਤੈਨੂੰ ਚਾਹ ਬੈਠੇ ਜਾਣ ਤੋਂ ਵੀ ਵੱਧ ਕੇ ਤੂੰ ਇੱਕ ਦਿਨ ਰੋਵੇਂਗਾ ਵੇ ਜਿਵੇਂ ਅਸੀਂ ਰੋਏ ਹਾਂ ਭਾਈ ਫਿਰ ਠੀਕ ਆ ਹਾਂਜੀ ਵੀਰੇ ਠੀਕ ਹੈ ਨਾ ਫਿਰ ਮੁੰਡਾ ਚਲਾਈਏ ਤੁਹਾਡੇ ਵਿਆਹ ਦੀ ਗੱਲ ਫਿਰ ਕੀ ਹੋ ਗਿਆ ਵੀਰੇ ਮੈਂ ਉਹਦਾ ਅੱਜ ਕੀ ਹੋ ਗਿਆ ਵਿਆਹ ਨਹੀਂ ਕਰਾਉਣਾ ਵਿਆਹ ਨਹੀਂ ਕਰਾਉਣਾ ਮਤਲਬ ਕੀ ਹੋ ਗਿਆ ਫਿਰ ਕੀ ਹੋ ਗਿਆ ਰੋਗਾ ਤੁਰੀਆਂ ਤੂੰ ਉਹਦੇ ਘਰਦਿਆਂ ਨੇ ਮਨਾ ਕਰਤਾ ਘਰਦਿਆਂ ਨੇ ਮਨਾ ਕਰਤਾ ਕੁੜੀਏ ਮੈਂ ਤੈਨੂੰ ਪਹਿਲੀ ਕਿਹਾ ਸੀ ਇਹ ਪਿਆਰ ਇਸ਼ਕ ਮੁਹੱਬਤ ਨਾ ਔਕਾਤ ਨੂੰ ਦੇਖ ਕੇ ਹੁੰਦੇ ਨੇ ਕੁੜੀਏ ਤੂੰ ਇੱਕ ਗੱਲ ਸੋਚੀ ਆਪਣੇ ਗਰੀਬਾਂ ਦਾ ਤਾਂ ਘਰ ਦਾ ਸੌਦਾ ਹੀ ਨਹੀਂ ਪੂਰਾ ਹੁੰਦਾ ਫਿਰ ਆਹ ਤੁਹਾਡਾ ਪਿਆਰ ਕਿੱਥੋਂ ਪੂਰ ਚੜ੍ਹ ਜਾਂਦਾ ਚੱਲ ਹੁਣ ਤੂੰ ਰੋ ਨਾ ਠੀਕ ਆ
ਹੁਣ ਰੋ ਕੇ ਕੀ ਬਣਦਾ, ਹੁਣ ਚੁੱਪ ਕਰ ਜਾ, ਰੋ ਕੇ ਕੁਛ ਬਣਦਾ, ਆ ਪਿਆਰ ਪੂਰ 'ਚ ਨਾ ਰਾਹਾਂ 'ਚ ਰਹਿ ਜਾਂਦੇ ਨੇ, ਤੈਨੂੰ ਕਿਹਾ ਸੀਗਾ ਨਾ ਮੈਂ, ਨਾਲੇ ਗੱਲ ਸੁਣ, ਜਿੱਥੇ ਮੈਂ ਤੇਰਾ ਰਿਸ਼ਤਾ ਦੇਖਿਆ ਸੀ ਨਾ ਉਹ ਵੀ ਮੁੰਡਾ ਬਹੁਤ ਵਧੀਆ, ਤੇਰਾ ਖਿਆਲ ਰੱਖੂਗਾ ਉਹ, ਉੱਥੇ ਵਿਆਹ ਕਰਵਾ ਲਾ, ਜੋ ਵੀ ਘਰ ਦੇ ਲੱਭਦੇ ਨਾ ਉਹ ਕੁਛ ਸੋਚ ਸਮਝ ਕੇ ਦੇਖਦੇ ਨੇ, ਆਸਾ ਪਾਸਾ ਦੇਖ ਕੇ ਲੱਭਦੇ ਨੇ। ਚੱਲ ਠੀਕ ਆ, ਖਿਆਲ ਰੱਖੀ ਆਪਦਾ, ਨਾਲੇ ਜੋ ਵੀ ਮੈਂ ਕਿਹਾ ਨਾ ਉਹਦੀ ਇੱਕ ਵਾਰ ਗੌਰ ਕਰੀ। ਸੱਚੇ ਪਿਆਰ ਤਾਂ ਹਮੇਸ਼ਾ ਅਧੂਰੇ ਰਹਿ ਜਾਂਦੇ ਨੇ।